होली होली हो मजे मजे ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਅਸੀਂ ਆਫ ਰੋਡਿੰਗ ਕਰਨ ਚੱਲੇ ਆ ਵੀਰ ਹੁਣੀ ਆਉਣਦੇ ਆ ਸੁੱਖ ਸੰਧੂ ਹੁਣੀ ਸਾਨੂੰ ਲੈਣ ਤੇ ਉਹਨਾਂ ਦਾ ਨਾ ਜੀਪ ਦਾ ਥੱਲੇ ਨਟ ਟੁੱਟ ਗਿਆ ਸੀਗਾ ਉਦਣ ਜਿੱਦਣ ਪਿਛਲੀ ਵਾਰੀ ਆਫ ਰੋਡਿੰਗ 'ਤੇ ਗਏ ਸੀ ਨਾ ਉੱਥੇ ਅਸੀਂ ਥਾਰ ਨਾਲ ਲੈ ਕੇ ਨਹੀਂ ਜਾਣੀ ਜੀਪ 'ਤੇ ਜਾਵਾਂਗੇ ਉੱਥੋਂ ਜਿਪਸੀ ਚੱਕ ਲਿਆਵਾਂਗੇ ਕਿਉਂਕਿ 0065 ਵਾਲੇ ਬਾਈ ਵੀ ਉੱਥੇ ਹੁਸ਼ਿਆਰਪੁਰ ਪਹੁੰਚ ਗਏ ਆ ਥੋੜ੍ਹੀ ਜਿਹੀ ਲੇਟ ਹੋਏ ਹਾਂ ਅਸੀਂ ਪਰ ਪਹੁੰਚ ਜਾਵਾਂਗੇ ਛੇਤੀ ਲੰਚ ਬ੍ਰੇਕ ਹੋਇਆ ਆ ਫਾਟਕ ਲੱਗਾ ਹੈਗਾ ਪਾਣੀ ਕਿੱਦਾਂ ਪਿੱਛੇ ਕੰਫਰਟੇਬਲ ਪਿੱਛੇ ਉਹਨਾਂ ਨੇ ਬੈੱਡ ਬਣਾਇਆ ਪੂਰਾ ਆ ਤੁਹਾਡੀ ਆਫ ਰੋਡਿੰਗ ਇੱਥੇ ਹੀ ਸ਼ੁਰੂ ਹੋ ਗਈ ਆ ਇੱਥੇ ਹੋਇਆ ਪੂਰਾ ਜ਼ੋਰ ਨਾਲ सूचना यह मिली है भी 0065 वाले भाई पिछे रह गए और ता ही इतने रुके उन्होंने लोकेशन भेजी आ कहते आ गए 5 मिनटा च और रुक गए राज कि इतने शामे ला लो वीर हो मिलते इतने यार तू चढ़ तू इनू भी पानी दे लिए आप भी पानी तानी पी लिए है ना ठंडे हो जाइए ठंडे ਹੁਸ਼ਿਆਰਪੁਰੋਂ ਆ ਜਿਪਸੀ ਆ ਗਈ ਆਪਣੀ ਚਲੋ ਵੀਰੇ ਜਿਪਸੀ ਆ ਗਈ ਆਪਣੀ ਹੁਣ ਆਪਾਂ ਚਲਾ ਕੇ ਬੈਠਾਂਗੇ ਲਾਉਣਾ ਫੜੋ ਚੱਲ ਪੂਰੀ ਚਮਕ ਅੱਧੇ ਇੱਧਰ ਬਹਿ ਜਾ ਵੀਰੇ ਫੇਰ ਬਹਿ ਹੋਏ ਨਾ ਪਿੱਛੇ ਆ ਜਾਓ
वीडियो का हीरो अच फिर तैयार आ जाओ जनाब बह जाओ हूँ जान दे सके माड़ा जा ना छोटा जा एक जिप्सी का ना टुट गया आ दूजा कमानी टुट गई हूँ वेल्ड कर लगे हैं बाकी ठीक है चलन चलन तो वधिया नहीं चला दिया है कहने झोल जी खाधी खड्डा सी खड्डे से बजी खाधी टक आवाज बड़ी जोर दी आई टक कर दी ये शुक्र है भी नाल ही सीगा बेल्डिंग वाला अज खज्जल खराब बहुत होने दें अज अज थोड़िया जी गड्डिया जा रही अज कि हो गई गड्डिया एक मुड़ गया नेरा अज भी हो जाना अपन है ना तीन तो बज गए ना परियाले चौते ना ही खत्म किया एंड किया अज उथो गां कंटिन्यू करांगे उतो गां पता नहीं कित्थे चले मुंडे लैके अज परियां नू नाल लैके जाणा होगा दोबारा देखण गए ना वो थां मजा जहा नहीं होना फिर परे ही होने परे चलो तुरे चलो नंबर चलो एरिया आ गया फिर सुनसान ते पहला हिरन दिस पे आपां नूं ओ वेखो पहला हिरन वेख लो नाल नाल चलो तुहाडे करके हौली हौली चलो मजा दस जिसी खिंची जाती फटे बंदे बैठे वाहवा चलो भाई चलगी चलगी ओले ओले मजे मजे होड़ी हां टोजन अपने को मजबूत टोजन आज ना आज ज्यादा ही भीड़ आ जा इलाका बजते इधर जो शेर आ जाए भजा भजा है ही होना उन्हें वैसे वधिया भी आ जे आप उधर दी आउंदे ना आपां नूं पता होना है हुण आ नवां थां देखण दे आ थोड़ा जिहा ना वधिया लगण दे आ ये ज्यादा सुनसान आ उहदे नालों भी इत्थे हैं इत्थे तां कोई लंघदा ही नहीं होर भी हां ओह इधर अगे कोई नवां शाह नहीं है नी बड़ा सुनसान आ जावा हां देखी भालू नी वजी ओ गेंडा ओले ओले एक खड़ा बिच बिच हिरन भी है हिरन मार लो पानी माड़ा जा मार लो
ਇਧਰ ਧਿਆਨ ਰੱਖੀ ਪਿੱਛੇ ਬਾਗ ਬੂਗ ਨਾ ਆ ਜਾਵੇ ਮੈਂ ਲੈ ਵੀ ਅੱਜ ਯਾਰ ਮਸਾਂ ਹੀ ਪਹੁੰਚੇ ਯਾਰ ਪਿੱਛੇ ਨਾ ਧੁੱਦਲ ਵਾਲਾ ਏਰੀਆ ਸੀ ਮਸਾਂ ਹੀ ਪਹੁੰਚੇ ਅੱਜ ਇੱਥੇ ਅੱਜ ਨਾ ਗੱਡੀਆਂ ਜ਼ਿਆਦੀਆਂ ਆ ਅਤੇ ਅੱਧੇ ਬੰਦੇ ਅੱਗੇ ਆ ਅਸੀਂ ਸੈਂਟਰ 'ਚ ਹਾਂ ਸਾਡੇ ਪਿੱਛੇ ਜਿਪਸੀ ਆ ਜਿਪਸੀ ਵਾਲਿਆਂ ਨੂੰ ਨਾਲ ਨਾਲ ਰੱਖਿਆ ਸੀ ਅੱਜ ਆਹ ਖੁੱਲ੍ਹੇ ਡੁੱਲੇ ਏਰੀਏ 'ਚ ਆਏ ਹੁਣ ਮਸਾਂ ਹੀ ਮਾਹੌਲ ਬੜਾ ਵਧੀਆ ਯਾਰ ਇੱਥੇ ਕਦੋਂ ਦੇ ਤੁਰੇ ਆਪਾਂ 10 ਵਜੇ ਦੇ ਅਤੇ 3:30 ਹੋ ਗਏ ਆ ਅਜੇ ਐਂਟਰ ਹੋਏ ਜੰਗਲ ਦੇ ਵਿੱਚ ਹੁਣ ਜਿੱਦਾਂ ਜਿੱਦਾਂ ਗਾਂਹ ਨੂੰ ਜਾਈ ਜਾਂਦੇ ਹਾਂ ਉੱਦਾਂ ਉੱਦਾਂ ਏਰੀਆ ਠੰਡਾ ਜਿਹਾ ਸ਼ੁਰੂ ਹੋਈ ਜਾਂਦਾ ਆ ਕਿਉਂਕਿ ਪਾਣੀ ਵਾਲੇ ਜਿਹੜੇ ਚੋ ਜਿਹੇ ਹੁੰਦੇ ਆ ਨਾ ਝਰਨੇ ਜੇ ਉਹ ਵਗਣੇ ਸ਼ੁਰੂ ਹੋ ਗਏ ਆ ਪਹਿਲਾਂ ਹੀ ਆਇਆ ਹਜੇ ਇੱਥੋਂ ਵੀ ਪਾਣੀ ਭਰ ਕੇ ਜੀਪ 'ਤੇ ਪਾਉਣ ਲੱਗ ਪਏ ਹਾਂ ਜੰਗਲ ਜੰਗਲ ਵਾਲਾ ਏਰੀਆ ਹੈਗਾ ਕੰਮ ਡਰਾਉਣਾ ਹੀ ਆ ਉੱਦਾਂ ਇਕੱਲੇ ਬੰਦੇ ਦੇ ਵੱਸ ਤੋਂ ਰੋਗ ਨਹੀਂ ਹੈ ਇੱਥੇ ਲੱਗਣ ਅਸੀਂ ਤਾਂ ਕਰਦੇ ਸੀ ਜਿਪਸੀ ਦੀ ਵੇਟ ਜਿਪਸੀ ਵਾਲੇ ਵੀ ਪੂਰਾ ਐਡਵੈਂਚਰ ਕਰਦੇ ਉੱਦਾਂ ਪੂਰਾ ਐਡਵੈਂਚਰ ਉਹ ਕਰਦੇ ਮਜ਼ੇ ਮਜ਼ੇ ਆਉਂਦੇ ਗੱਲਾਂ ਬਾਤਾਂ ਕਰਦੇ ਕਰਦੇ ਪਹਾੜ ਵੇਖਦੇ ਵੇਖਦੇ ਇੱਧਰ ਬੰਨੇ ਛੋਟੇ ਪਹਾੜ ਆ ਇੱਧਰ ਬੰਨੇ ਵੱਡੇ ਪਹਾੜ ਆ ਬੰਦੇ ਸਾਡੇ ਜਿਹੜੇ ਜ਼ਿਆਦੇ ਆ ਉਹ ਗਾਂਹ ਨਿਕਲ ਗਏ ਅਸੀਂ ਹੈਗੀਆਂ 2 ਗੱਡੀਆਂ ਇੱਥੇ ਇੱਕ ਆਪਣੀ ਜਿਪਸੀ ਉਹ ਹੁਣ ਵਧੀਆ ਰਾਹ ਫਿਰੇ ਸ਼ੁਰੂ ਹੋਇਆ ਹੁਣ ਠੰਡਾ ਠੰਡਾ ਏਰੀਆ ਸ਼ੁਰੂ ਹੋ ਗਿਆ ਸਹੀ ਗੱਲ ਆ ਏਸੀ ਲਾਇਆ ਭਾਈ ਹਾਂ ਹਾਂ ਲਾਇਆ ਸਾਡੇ ਨਾਲ ਇੱਕ ਜਣਾ ਆਪਣੇ ਵਾਲੀ ਦੀ ਛੱਤ ਲੱਗੇ ਲਾਉਣ ਚਲੋ ਆਹੋ ਆਪਾਂ ਰਹਿਣ ਦੀ ਭਾਜੀ ਯਾਰ ਇਹਨਾਂ ਨੂੰ ਖੜੇ ਹੋ ਜਾਣ ਸਾਰੀ ਵੀਡੀਓ ਨਹੀਂ ਬਣਨੀ ਪਈ ਵਧੀਆ ਪਈ ਬਣੂ ਅੱਛਾ ਜੀ ਚੱਲ ਲਾ ਦੋ ਫਿਰ ਗਾਣੀ ਮੰਨਦੀ ਹੋਣੀ ਲਾ ਦੋ ਚੱਲ ਚੱਕਦੇ ਤਾਂ ਹੁਣ ਬਣੀ ਅਸਲੀ ਲੰਡੀ ਜੀਪ ਆਜੋ ਇੱਕ ਜਣਾ ਇੱਥੇ ਹੁਣ ਖੁੱਲਾ ਡੁੱਲਾ ਵੀਰੇ ਰਾਹ ਵਧੀਆ ਬਣਾਇਆ ਵਿੱਚ ਦੀ ਹੈ ਨਾ ਆਫ ਰੋਡਿੰਗ ਕਰਨ ਲਈ ਇਹਦਾ ਹੀ ਇਹ ਰਾਹ ਹੋ ਰਿਹਾ ਯਾਰ ਪੁਰਾਣੇ ਬਜ਼ੁਰਗ ਆਫ ਰੋਡਿੰਗ ਕਰਦੇ ਰਹੇ ਨਾ ਰਾਹ ਬਣਾਇਆ ਸਹੀ ਗੱਲ ਗੱਡਿਆਂ ਤੇ ਕਰਦੇ ਹੁੰਦੇ ਗੱਡਿਆਂ ਤੇ ਆ ਜਿਹੜਾ ਉੱਤਰ ਰਾਹ ਇਹ ਸੀ ਉਹ ਰਾਹ ਨਹੀਂ ਵੀਰੇ ਇਹ ਹੋ ਰਿਹਾ ਉਹ ਰਾਹ ਤਾਂ ਬੜਾ ਵਧੀਆ ਸੀ ਵਧੀਆ ਚਲੋ ਇਹ ਥੋੜਾ ਜਿਹਾ ਜ਼ਿਆਦਾ ਟਫ ਜਿਹਾ ਆ ਹਾਂ ਪਹਾੜਾ ਬਹੁਤ ਉੱਚੇ ਉੱਚੇ ਆ ਪੱਥਰ ਹੈ ਨਹੀਂ ਹੈ ਨਾ ਘੱਟ ਹੀ ਪੱਥਰ ਇੱਧਰ ਜ਼ਿਆਦਾ ਮਿੱਟੀ ਦੇ ਢੇਰ ਆ ਕੱਚੇ ਪਹਾੜ ਆ ਨਹੀਂ ਜੀਪ ਛੱਤ ਲਾ ਕੇ ਵਧੀਆ ਹੈ ਨਾ ਏਰੀਆ ਸਾਰਾ ਦਿਸਣ ਲੱਗ ਪਿਆ ਪਤਾ ਨਹੀਂ ਲੱਗਦਾ ਅੱਗੇ ਤੋਂ ਪਰ ਰੰਗ ਅੱਗੇ ਨਾ ਕਾਲੇ ਹੋਰ ਹੋ ਜਾਣੇ ਬਾਕੀ ਕੋਈ ਉਹ ਕੋਈ ਨਹੀਂ ਆਪਣੇ ਆਪ ਹੀ ਲੱਗਦਾ ਕੋਈ ਗੱਲ ਪਹਿਲਾਂ ਤਾਂ ਪੱਕੇ ਜਿਹੇ ਹੋਰ ਉਦਾਂ ਸਿਆਲਾਂ ਦੇ ਵਿੱਚ ਜ਼ਿਆਦਾ ਵਧੀਆ ਹੈ ਨਾ ਠੰਡਾ ਠੰਡਾ ਮੌਸਮ ਆਉਣ ਤੇ ਅਗਲੇ ਮਹੀਨੇ ਪਾਣੀ ਆ ਜਾਣਾ ਫੇਰ ਆਹ ਜੀਪਾਂ ਜੂਪਾਂ ਇੱਧਰ ਕਾਢ ਕੱਢਣੀਆਂ ਇਹ ਸੈਂਸਰ ਵਾਲੀਆਂ ਗੱਡੀਆਂ ਨਹੀਂ ਇੱਥੇ ਕਾਮਯਾਬ ਮਿੱਤਰੋ ਗੱਲਬਾਤ ਇੱਦਾਂ ਹੋ ਗਈ ਆ ਅੱਗੇ ਰਾਹ ਨਿਕਲਿਆ ਬੰਦ ਅਤੇ ਹੁਣ ਫੇਰ ਦੁਬਾਰਾ ਵਾਪਸ ਚੱਲੇ ਹਾਂ ਕਿੰਨੇ ਕਿਲੋਮੀਟਰ ਆ ਗਏ ਹੋਵਾਂਗੇ ਆਪਾਂ ਕਿੰਨੇ ਕਿਲੋਮੀਟਰ 2-3 ਕਿਲੋਮੀਟਰ ਆ ਗਏ ਮਸਾਂ ਹੀ ਪਹੁੰਚੇ ਸੀ ਖੱਜਲ ਖਰਾਬ ਹੋ ਗਏ ਇੱਥੇ ਉਹ ਅੱਗੇ ਉਹ ਗੱਡੀਆਂ ਵਾਪਸ ਆ ਗਈਆਂ ਕਹਿੰਦੇ ਰਾਹ ਬੰਦ ਆ ਅਤੇ ਜਿੱਧਰ ਦੀ ਉੱਦਣ ਆਏ ਸੀ ਉੱਧਰ ਦੀ ਰਾਹ ਸਹੀ ਆ ਉਹ ਖੁੱਲ੍ਹਾ ਆ ਇੱਧਰੋਂ ਬੰਦ ਕਰਤਾ ਰਾਹ ਅਤੇ ਹੁਣ ਵਾਪਸ ਜਾਣ ਦੇ ਫਿਰ ਉਹ ਗੱਡੀਆਂ ਪਿੱਛੇ ਆਉਣ ਦੀਆਂ ਵਿਖਾਈ ਯਾਰ ਅਤੇ ਉਹ ਆਪਣੀ ਜਿਪਸੀ ਵੀ ਅੱਗੇ ਜਿਪਸੀ ਵੀ ਆਪਣੀ ਅੱਗੇ ਆਉਣ ਦੀ ਆ ਕਈ ਵਿਚਾਰੇ ਨਾਲ ਨਾਲ ਅਸੀਂ ਐਂ ਤਾਂ ਕਹਿੰਦਾ ਇੱਥੇ ਹੀ ਬਹਿ ਬੂ ਜਾਈਏ ਵੀਰੇ ਹੈਂ ਨਹੀਂ ਇੱਥੇ ਖਾ ਪੀ ਕੇ ਤਾਂ ਘਰ ਨੂੰ ਚਿੱਤਰ ਹੋਈਏ ਉਹ ਬੰਦ ਆ ਵੀਰੇ ਰਾਹ ਅੱਗੇ ਰਾਹ ਬੰਦ ਆ
ਖੱਜਲ ਖਰਾਬ ਹੁੰਦਾ ਨਜ਼ਾਰਾ ਯਾਰ ਪਤਾ ਕੀ ਚੱਕਰ ਆ ਗਰਮੀ ਦਾ ਨਾ ਸਿਰ ਦੁਖਣ ਲੱਗ ਪਿਆ ਹੈ ਸਿਰ ਦੁਖਣ ਲੱਗ ਪਿਆ ਗਰਮੀ ਦਾ ਮੈਨੂੰ ਨਾ ਮੈਂ ਡਾਕਟਰ ਕੋਲ ਗਿਆ ਸੀ ਹੁਣ ਚੈੱਕ ਕਰਾਉਣ ਕਹਿੰਦਾ ਗਰਮੀ ਗੁਰਮੀ ਦਾ ਧਿਆਨ ਨਾ ਰੱਖੀ ਤੇ ਇੱਧਰ ਅੱਜ ਜ਼ਿਆਦਾ ਹੀ ਕੰਮ ਹੋ ਗਿਆ ਆ ਤੇ ਇੱਕ ਮੈਂ ਤੁਹਾਨੂੰ ਚੀਜ਼ ਪਾਉਣਾ ਪਾਕਿਸਤਾਨ ਦਾ ਬਾਰਡਰ ਆ ਗਿਆ ਉੱਪਰ ਚੌਂਕੀ ਲੱਗੀ ਹੋਈ ਆ ਉਹ ਵਾਕਈ ਉੱਪਰ ਚੌਂਕੀ ਲੱਗੀ ਹੋਈ ਪਾਕਿਸਤਾਨ ਦਾ ਬਾਰਡਰ ਆ ਗਿਆ ਕਿੱਦਾਂ ਲੱਗ ਰਿਹਾ ਅੱਜ ਤਾਂ ਖੱਜਲ ਖਰਾਬ ਓਏ ਓਏ ਅਜੇ ਤਾਂ ਕੱਟਿਆ ਕੱਟਾ ਪੂਰਾ ਪੈ ਅੱਜ ਨਹੀਂ ਕਹਿੰਦਾ ਮਜ਼ਾ ਆ ਗਿਆ ਭਾਜੀ ਮਜ਼ਾ ਆਉਣਾ ਆ ਉਧਰ ਪਤਾ ਕੀ ਆ ਉਧਰ ਹੈਗੀ ਸੀ ਥਾਰ ਥਾਰ 'ਚ ਜੈਮੀ ਨਹੀਂ ਪੈਂਦਾ ਏਸੀ ਲੱਗਾ ਸੀ ਹਾਂ ਮਜ਼ੇ ਮਜ਼ੇ ਅੱਜ ਪਤਾ ਲੱਗਾ ਆਫਰੋਡਿੰਗ ਕਿੱਦਾਂ ਹੁੰਦੀ ਅੱਜ ਵੀ ਏਸੀ ਆ ਨੈਚੁਰਲ ਏਸੀ ਆ ਸੁੱਖ ਦਾ ਸਾਹ ਲਿਆ ਸੁੱਖ ਸੰਧੂ ਸਾਹਿਬ ਦੇ ਸੜਕ ਆਈ ਬਸ ਹੁਣ ਇੱਥੇ ਰੋਡ ਤੇ ਚੜ ਜਾਣਾ ਅਸੀਂ ਤੇ ਉਸ ਤੋਂ ਬਾਅਦ ਫਿਰ ਸਲਾਹ ਕਰਾਂਗੇ ਉਧਰ ਦੀ ਜਾਣਾ ਪਹਿਲਾਂ ਜਿੱਧਰ ਗਏ ਸੀਗੇ ਕਿਉਂਕਿ ਨਾ ਹੁਣ ਭੁੱਖ ਬਹੁਤ ਜ਼ਿਆਦਾ ਲੱਗ ਗਈ ਆ ਅਤੇ ਸਿਰ ਦੁਖਣ ਲੱਗ ਪਿਆ ਧੁੱਪ ਦੇ ਨਾਲ ਹੁਣ ਇੱਥੇ ਰੁਕ ਕੇ ਨਾ ਕਿਤੇ ਖਾ ਪੀ ਲਈਏ ਮਾੜਾ ਮੋਟਾ ਕੋ ਬਾਕੀ ਗੱਡੀਆਂ 'ਚ ਤਾਂ ਏ ਸੀ ਲੱਗੇ ਆ ਅਸੀਂ ਆ ਧੁੱਪੇ ਕਮਰੀਆਂ ਨਹੀਂ ਖਾਂਦਾ ਹੁੰਦਾ ਸੱਪ ਧੁੱਪ ਦੇ ਦੇਖਦੇ ਆ ਆਪਾਂ ਹਿਰਨ ਫੜ ਲੈਂਦੇ ਇੱਥੇ ਯਾਰ ਭਾਈ ਲੈ ਗਏ ਹਨ ਸਾਡੇ ਦਾ ਤੁਸੀਂ ਏ ਸੀ 'ਚ ਬੈਠੇ ਸਾਡੇ ਦਾ ਫਟਮ ਜਾ ਸਿਰ ਨਹੀਂ ਉਹ ਫਿਰ ਹੁਣ ਜ਼ਿਆਦਾ ਠੰਡਾ ਠੰਡਾ ਹੋਏ ਇੱਥੇ ਨਾ ਰਾਹ 'ਚ ਹੁਣ ਅੱਡੇ 'ਤੇ ਵਾਪਸ ਆਉਂਦੇ ਹੋਏ ਰੁਕੇ ਹਾਂ ਇੱਕ ਖਾਣ ਲੱਗੇ ਹਾਂ ਅੱਜ ਤਾਂ ਤੋਤੇ ਉੜ ਗਏ ਯਾਰ ਬਾਹਲਾ ਹੀ ਕੰਮ ਖਰਾਬ ਹੋਇਆ ਖਾਣ ਨੂੰ ਵੀ ਤਾਂ ਲੇਜ ਲੂਜ ਹੀ ਮਿਲਦੇ ਆ ਹੋਰ ਕੁਛ ਨਹੀਂ ਮਿਲਦਾ ਮੈਂ ਤਾਂ ਕਿਹਾ ਸੀ ਅੱਜ ਤਾਂ ਬੱਲੇ ਬੱਲੇ ਹੋ ਜਾਣੀਆਂ ਅੱਜ ਤਾਂ ਪੂਰੀ ਹੱਥ ਹੋਊਗੀ ਅੱਜ ਤਾਂ ਹਾਲਾਤ ਤੁਸੀਂ ਮੇਰੇ ਵੀ ਵੇਖ ਸਕਦੇ ਧੁੱਪੇ ਕੀ ਬਣ ਗਏ ਆ ਮੈਂ ਨਾ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਦਿਆਂ ਸੀਗਾ ਆਪਣੇ ਨਾ ਸਾਰੇ ਉੱਧਰਲੀ ਪੰਜਾਬ ਹੈਗਾ ਤੇ ਵੀ ਪੰਜਾਬ ਹੀ ਆ ਇਹ ਹੁਸ਼ਿਆਰਪੁਰ ਆ ਉੱਧਰਲੀ ਸਾਈਡ ਨਾ ਜਲੰਧਰ ਅੰਮ੍ਰਿਤਸਰ ਉਹਨਾਂ ਏਰੀਆ 'ਚ ਨਾ ਇੱਦਾਂ ਦੇ ਨਾ ਅੱਡੇ ਹੁੰਦੇ ਸੀਗੇ ਸ਼ਾਂਤੀ ਜੀ ਵਾਲੇ ਬੱਸ ਨੇ ਆਉਣਾ ਬੱਸਾਂ ਨੇ ਇੱਦਾਂ
ਉਹ ਖੜੀ ਆਪਣੀ ਜੀਪ ਬੱਸਾਂ ਨੇ ਆਉਣਾ ਸਵਾਰੀਆਂ ਨੇ ਖੜੀਆਂ ਹੋਣਾ ਸਾਈਡ ਦੇ ਵਿੱਚ ਬਹਿ ਜਾਣਾ ਚੱਲ ਅੱਜ ਇੱਥੇ ਨਾ ਸ਼ਾਂਤੀ ਜੀ ਆ ਕੋਈ ਕੋਈ ਲੰਘਦਾ ਵਿਰਲਾ ਵਿਰਲਾ ਜਿਹਾ ਅਤੇ ਉਹ ਮੈਨੂੰ ਪੁਰਾਣੇ ਟਾਈਮ ਦੀ ਯਾਦ ਆ ਗਈ ਆ ਜਦੋਂ ਦੇ ਪੁਲ ਬਣੇ ਆ ਨਾ ਆਹ ਜਿਹੜਾ ਚੀਜ਼ਾਂ ਆ ਉਹ ਸਾਰਾ ਕੁਛ ਖਤਮ ਹੋ ਗਿਆ ਆਪਣੇ ਉੱਧਰਲੇ ਏਰੀਆ 'ਚੋਂ ਵੱਡੇ ਵੱਡੇ ਸ਼ਹਿਰ ਜਿਹੜੇ ਲੁਧਿਆਣੇ ਹੋ ਗਏ ਵੱਡੇ ਵੱਡੇ ਸ਼ਹਿਰ ਪੁਲ ਬਣ ਗਏ ਆ ਉੱਤੋਂ ਉੱਤੋਂ ਲੰਘ ਜਾਂਦੇ ਸਾਰੇ ਜਾਣੇ ਇੱਦਾਂ ਕੋਈ ਕੋਈ ਵਿਰਲਾ ਵਿਰਲਾ ਲੰਘਦਾ ਪਹਿਲਾਂ ਇੱਦਾਂ ਹੁੰਦਾ ਸੀਗਾ ਅਤੇ ਇੱਧਰ ਆਪਣੇ ਇੱਥੇ ਚਾਹ ਪੀਣ ਲੱਗੇ ਆ ਹੁਣ ਬਾਕੀ ਬੰਦੇ ਪਤਾ ਨਹੀਂ ਗਾਂਹ ਲੰਘ ਗਏ ਆ ਹੈ ਚਲੋ ਆਪਾਂ ਫਿਰ ਚਾਹ ਪਾਣੀ ਪੀਏ ਹੈ ਨਾ ਫਿਰ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਰਸਗੁੱਲੇ ਖਾਣੇ ਜੀ ਗੁਲਾਬੀ ਰੰਗ ਦੇ ਰਸਗੁੱਲੇ ਰਸਗੁੱਲੇ ਗੁਲਾਬੀ ਬਰਾਊਨ ਵਾਈਟ ਆਹ ਦੂਜੇ ਹੁੰਦੇ ਆ ਗੁਲਾਬੀਆਂ ਬਣਦੇ ਢਿੱਡ ਪੱਟੇ ਢਿੱਡ ਪੱਟੇ ਆ ਢਿੱਡ ਪੱਟੇ ਹਾਂ ਲੱਗੇ ਭਾਜੀ ਆਹ ਲੈ ਲਓ ਭਾਜੀ ਢਿੱਡ ਵਰਗਾ ਇਹ ਬਾਲੂ ਸਾਈਆਂ ਨਹੀਂ ਆ ਹੁਸ਼ਿਆਰਪੁਰ ਦੇ ਸਮੋਸੇ ਲਾਲ ਰੰਗ ਦੇ ਸਮੋਸੇ ਚਾਹ ਕਿਹੜੇ ਰੰਗ ਦੀ ਹੋਊਗੀ ਤੇਲ ਘੱਟ ਆ ਦੇਖੋ ਪਾਣੀ ਜੀ ਕੱਢ ਦੇ ਤੰਦੂਰੀ ਹੈਗੇ ਆ ਤੇ ਖਾ ਲੋ ਲਾਰੀ ਮਿੱਤਰੋ ਚਾਹ ਚੱਲ ਵੀ ਮਿੱਤਰਾ ਚਲੋ ਬੈਠੋ ਫਿਰ ਜਿੱਥੇ ਟੱਕਰ ਗਏ ਟੱਕਰ ਗਏ ਨਹੀਂ ਤੁਸੀਂ ਆਪਣਾ ਫਿਰ ਲੈ ਲਿਆ ਪਾਣੀ ਪੂਣੀ ਲੈ ਲਿਆ ਮੈਗੀਆਂ ਮੂਗੀਆਂ ਲੈ ਲਈਆਂ ਲੈ ਵੀ ਅੱਜ ਤਾਂ ਆਨੰਦ ਵੱਜਾ ਪਿਆ ਆਨੰਦ ਭਾਜੀ ਰੋਕੀ ਮੁੱਕੀ ਰੋਕੀ ਮਾੜਾ ਜਿਹਾ ਰੋਕੀ 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 ਹਾਂ ਵੇਖੋ ਵੀ ਮਿੱਤਰੋ ਮੈਂ ਝੂਠ ਨਹੀਂ ਸੀ ਬੋਲਦਾ ਪਿਛਲੀਆਂ ਵੀਡੀਓ 'ਚ ਲੈਪਟ ਹੈਗਾ ਆ ਇੱਥੇ ਡਰਾਈਵ ਸਲੋ ਲੈਪਟ ਕਰੋਸਿੰਗ ਮਤਲਬ ਇੱਥੋਂ ਲੈਪਟ ਲੰਘਦਾ ਆ ਹੈਗਾ ਵਾ ਵੇਖ ਲਓ ਪਰੂਫ ਵਿਦ ਪਰੂਫ ਹੈ ਸੜਕ 'ਤੇ ਲੰਘਦਾ ਹੋਣਾ ਸੜਕ 'ਤੇ ਮਤਲਬ ਛਾਲਾ ਛੁਲਾ ਮਾਰ ਕੇ ਲੰਘਦੇ ਆ ਹੈ ਧਿਆਨ ਨਾਲ ਡਰਾਈਵਰੀ ਧਿਆਨ ਨਾਲ ਕਰਨੀ ਭਾਜੀ ਪਿੱਛੇ ਵੀ ਧਿਆਨ ਨਾਲ ਰਿਹੋ ਦੇਖ ਲਓ ਬਾਕੀ ਲੈਪਟ ਜੰਗਲੀ ਜਾਨਵਰ ਜੰਗਲੀ ਜਾਨਵਰਾਂ ਦਾ ਨਾ ਕਿੰਗ ਲੈਪੜ ਨੇ ਦਵਾਂ ਦਾ ਵੀ ਖਾ ਜਾਣਾ ਸ਼ੇਰ ਆ ਤਾਂ ਹੀ ਇਹਨਾਂ ਨੇ ਜਾਲੀ ਲਾਏ ਆ ਤਾਂ ਹੀ ਇਹਦੇ ਵੱਡੇ ਜਾਲੀ ਲੱਗੇ ਆ ਵੱਡੇ 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 ਆਹੋ ਉਹਦੇ ਯਾਰ ਜਿਹੜੀਆਂ ਵੀਡੀਓ ਨਹੀਂ ਵੇਖੀ ਦੀਆਂ ਚੇਤਾਵਨੀ ਜੰਗਲੀ ਜਾਨਵਰਾਂ ਤੋਂ ਕੋਈ ਵੀ ਖਾਣ ਵਾਲੀ ਵਸਤੂ ਨਾ ਪਾਈ ਜਾਵੇ ਜੰਗਲੀ ਜਾਨਵਰਾਂ ਨੂੰ ਹਨਾ ਮਤਲਬ ਰਾਤ ਬਰਾਤੇ ਜਾਨਵਰ ਨਿਕਲਦੇ ਆ ਇੱਥੇ ਉਹ ਡੈਮ ਸਾਹਮਣੇ ਡੈਮ ਨਹੀਂ ਆ ਉੱਧਰ ਸਾਡੇ ਬੰਦੇ ਗਵਾਚ ਗਏ ਇੱਥੇ ਲੋਕੇਸ਼ਨ ਆਉਣ ਨਹੀਂ ਦੇ ਇੱਥੇ ਰੋਕ ਕੇ ਮਾੜਾ ਜਿਹਾ ਸਲਾਹ ਮਸ਼ਵਰਾ ਕਰ ਲਈਏ ਗੱਡੀਆਂ ਜੀਪਾਂ ਜੂਪਾਂ ਗਈਆਂ ਇਹਨੂੰ ਗਈਆਂ ਲੰਡੀ ਜੀਪ ਸਭ ਇੱਧਰ ਸੱਤ ਅੱਠ ਗੱਡੀਆਂ ਆਉਣੀਆਂ ਆਪਣੇ ਬੰਦੇ ਇੱਧਰ ਨੂੰ ਗਏ
ਤੁਸੀਂ ਚੱਲੇ ਇੱਧਰ ਤੇ ਗਏ ਪਾਣੀ ਪਾਣੀ ਹੈਗਾ ਭਾਜੀ ਤੁਸੀਂ ਬਾਹਰ ਚੱਲੇ ਵਾਪਸ ਨਹੀਂ ਉਹ ਆਪਾਂ ਥੋੜਾ ਕਨਾ ਉਹ ਰੁਕੇ ਸੀਗੇ ਆਪਾਂ ਕਿਹਾ ਚੱਲ ਅੱਗੇ ਘੁੰਮ ਕੇ ਆਨੇ ਅੱਗੇ ਲੱਭੇ ਨਹੀਂ ਉਹ ਮੈਂ ਖਿਆਲ ਇੱਥੇ ਗਏ ਇੱਥੇ ਹੀ ਹੈ ਅੱਗੇ ਰਸਤੇ ਗਏ ਪੱਕੇ ਰਸਤੇ ਚੱਲ ਗਏ ਮੈਂ ਖਿਆਲ ਸ਼ਾਇਦ ਅੱਗੇ ਹੈਗਾ ਟਾਈਮ ਨੂੰ ਉਧਰ ਹੀ ਚੱਲ ਗਿਆ ਹੈ ਹੈ ਗਏ ਇੱਧਰ ਨਹੀਂ ਹੈ ਅੱਗੇ ਹੈਗਾ ਕੀ ਆ ਪੱਕਾ ਰਸਤਾ ਜਿਹੜਾ ਉੱਪਰ ਨੂੰ ਅੱਗੇ ਕੀ ਆ ਅੱਗੇ ਕੁਛ ਨਹੀਂ ਅੱਗੇ ਉਹ ਪਾਣੀ ਸੀਗਾ ਉੱਥੇ ਉਹਨਾਂ ਨੇ ਕਹਿੰਦੇ ਚਿਕਨ ਕਬਰ ਬਣਾਉਣੇ ਇੱਥੇ ਹਾਂ ਫਿਰ ਆਪਾਂ ਕਿਹਾ ਚੱਲ ਬੱਚਿਆਂ ਨੂੰ 2 ਕਿਲੋਮੀਟਰ ਘੁਮਾ ਲਿਆ ਹੀ ਅੱਗੇ ਆਪਾਂ ਅੱਗੇ ਗਏ ਉਹ ਅੱਗੇ ਨੂੰ ਹੈ ਹੀ ਨਹੀਂ ਉੱਥੇ ਹੈ ਵਾਪਸ ਨਹੀਂ ਆਏ ਉਹ ਹੈ ਕਾਹਨ ਗਏ ਆ ਅੱਛਾ ਡੈਮ ਤੇ ਨਹੀਂ ਗਏ ਕਿਤੇ ਡੈਮ ਤੇ ਡੈਮ ਕਿੱਧਰ ਪੈਂਦਾ ਆ ਡੈਮ ਕਿੱਧਰ ਪੈਂਦਾ ਆ ਉਹ ਉੱਪਰ ਉੱਪਰ ਪੱਕੀ ਰੋਡ ਨਿਕਲਦਾ ਨਾ ਜਿਹੜਾ ਉਹ ਯਾਰ ਮੜਿਆ ਇੱਕ ਵਾਰ ਦੇਖੀ ਲੋਕੇਸ਼ਨ ਉਹਦੀ ਫਿਰ ਮੇਰਾ ਔਨ ਕਰੀ ਫੋਨ ਯਾਰ ਅਸੀਂ ਤੇ ਖੱਜਲ ਖਰਾਬ ਹੁੰਦੇ ਆ ਇਹ ਭਾਜੀ ਯਾਰ ਬੜਾ ਟਾਵਰ ਹੀ ਨਹੀਂ ਆਉਂਦੇ ਜਿਹੜੀ ਤੁਸੀਂ ਜਗ੍ਹਾ ਉਹ ਉੱਧਰ ਲਗਾਈ ਜਿੱਦਣ ਪਹਿਲੇ ਦਿਨ ਤੁਸੀਂ ਗਏ ਉਹ ਜਗ੍ਹਾ ਨਹੀਂ ਆਈ ਉਹ ਜਗ੍ਹਾ ਜਿੱਥੇ ਮੈਂ ਆਇਆ ਉਹ ਬਹੁਤ ਪਾਣੀ ਹਾਂ ਹਾਂ ਉਹ ਬਹੁਤ ਵਧੀਆ ਹੈ ਤਿੰਨ ਜਣਿਆਂ ਨੂੰ ਪੁੱਛਿਆ ਬੰਦੇ ਆਪਣੇ ਨਾ ਗਾਂ ਹੋਰ ਨਿਕਲ ਗਏ ਆ ਓਏ ਹੋਏ ਹੋਏ ਭਾਜੀ ਯਾਰ ਹਾਂ ਇੱਧਰ ਦੀ ਪਾਈ ਹੈ ਮਿੱਟੀ ਵਿੱਚ ਨਹੀਂ ਨਹੀਂ ਹੁਣ ਆਪਾਂ ਸਿੱਧੇ ਚੱਲ ਗਏ ਯਾਰ ਟਾਵਰਾਂ ਦਾ ਬੜਾ ਚੱਕਰ ਆ ਯਾਰ ਇੱਧਰ ਟਾਵਰ ਨਹੀਂ ਆਉਂਦੇ ਯਾਰ ਟਾਵਰਾਂ ਕਰਕੇ ਕੰਮ ਖਰਾਬ ਹੁੰਦਾ ਇੱਧਰ ਜਾਣਾ ਸਖਤ ਮਨਾ ਹੈ ਇੱਧਰ ਜਾਣਾ ਸਖਤ ਮਨਾ ਇੱਧਰ ਓਏ ਆ ਜਾ ਤੈਨੂੰ ਹਾਂ ਨਾ ਇਹਨਾਂ ਨੇ ਲਿਖ ਕੇ ਲਾਇਆ ਆ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਮਲੋਟ ਦੇ ਅੰਦਰ ਬਾਹਰਲੇ ਵਿਅਕਤੀਆਂ ਦਾ ਘੁੰਮਣਾ ਫਿਰਨਾ ਘੁੰਮਣ ਫਿਰਨ ਜਾਣ ਦੀ ਸਖਤ ਮਨਾਹੀ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆ ਰਾਹ 'ਤੇ ਇਸ ਲਈ ਇੱਧਰ ਨਹੀਂ ਚੱਲੇ ਅਸੀਂ ਐ ਨੂੰ ਚੱਲੇ ਚਲੋ ਭਾਜੀ ਚਲੋ ਤੁਸੀਂ ਦੇਖਣੀ ਬਾਅਦ ਚ ਹੈਲੋ ਕਰ ਦੋ ਹੈਲੋ ਕਰ ਚਲੋ ਆ ਗਏ ਭਾਜੀ ਚਲੋ ਜੀ ਜੇ ਤਾਂ ਪਰਚਾ ਕਰਾਉਣਾ ਤਾਂ ਸਿੱਧੇ ਚੱਲੀਏ ਹੈ ਕਰਾਉਣਾ ਪਰਚਾ ਦੱਸ ਦੇ ਨਹੀਂ ਕਰਾਉਣਾ ਚਲੋ ਫਿਰ ਛੋਟੇ ਛੋਟੇ ਪਰਚੇ ਹੋਣੇ ਛੋਟੇ ਛੋਟੇ ਲੈ ਵੀ ਅਸੀਂ ਵੀ ਇੱਧਰ ਨੂੰ ਪਾ ਲਈ ਆ ਹੁਣ ਬੰਦੀ ਗਵਾਚ ਕੇ ਬੰਦੀ ਨਹੀਂ ਲੱਭਣ ਦੇ ਇੱਧਰ ਸਾਹਮਣੇ ਨਹਿਰ ਆ ਨਹਿਰ ਵੱਲ ਨੂੰ ਪਾ ਲਈ ਹੁਣ ਉਹ ਬੈਠੇ ਇੱਥੇ ਕਿਤੇ ਆ ਉਹਨਾਂ ਨੇ ਨਾ ਮੁਰਗਾ ਧਰਿਆ ਆ ਅਸੀਂ ਧੂੰਆਂ ਦੇਖਦੇ ਧੂੰਆਂ ਕਿੱਥੋਂ ਨਿਕਲਦਾ ਪਰੀਆਂ ਦਾ ਜੋਰ ਹੀ ਆ ਗਿਆ ਪਤਾ ਨਹੀਂ ਉਹੀ ਲੱਗਦਾ ਆ ਨਹਿਰੇ ਨਹਿਰ ਪਾ ਲਓ ਹੁਣ ਨਹੀਂ ਨਹੀਂ ਉਹ ਪਤਾ ਨਹੀਂ ਹੁਣ ਤਾਂ ਉਹੀ ਲੱਗਣ ਦਾ ਯਾਰ ਆਹ ਲੋਕਾਂ ਨੇ ਬਹੁਤ ਲਿਫਾਫੇ ਖਿਲਾਰੇ ਹੋਏ ਯਾਰ ਆਉਂਦੇ ਆ ਜਿਪਸੀ ਧੱਕੀ ਤੁਰੀ ਜਾਂਦੇ ਯਾਰ ਉਹ ਫਿਰ 4x4 ਪਾ ਲਿਆ ਹੋਣਾ ਨਾ ਮਜ਼ੇ ਮਜ਼ੇ ਹੁਣ ਹੁਣ ਮਾੜਾ ਜਿਹਾ ਠੰਡੇ ਏਰੀਏ 'ਚ ਆਏ ਸਵੇਰ ਦੇ ਆ ਤਪੇ ਪਏ ਸੀਗੇ ਪਾਣੀ ਲਿਆ ਯਾਰ ਮੇਰਾ ਕਿਹੜਾ ਪਾਣੀ ਆ ਬਾਈ ਸਾਡਾ ਪਾਣੀ ਆ ਲੈ ਵੀ ਹੁਣ ਆਏ ਆ ਅਸਲੀ ਰਾਹ ਤੇ ਆਪਣੇ ਵੀਰ ਬਾਈ 0065 ਵਾਲੇ ਵੀ ਹੁਣ ਫੁੱਲ ਨਜ਼ਾਰੇ ਲੈਣ ਦੇ ਆ ਇੰਨਾ ਖੱਜਲ ਖਰਾਬ ਹੋਣ ਤੋਂ ਬਾਅਦ ਹੁਣ ਸੁੱਖ ਦਾ ਸਾਹ ਆਇਆ ਹੁਣ ਸੁੱਖ ਦਾ ਸਾਹ ਆਇਆ ਹੁਣ ਮਾੜਾ ਜਿਹਾ ਠੰਡੇ ਏਰੀਏ 'ਚ ਆਏ ਹੁਣ ਵਧੀਆ ਹੋਇਆ ਨਹੀਂ ਤਾਂ ਨਾ ਸਿਰ ਤਪਣ ਦਿਆ ਸੀ ਪੂਰਾ ਕਿੱਦਾਂ ਜੀ ਨਜ਼ਾਰੇ ਆ ਰਹੇ ਆ ਠੰਡ ਪੈ ਰਹੀ ਆ ਡਰਾਈਵਰ ਸਾਹਿਬ ਵੀ ਇਹਨੂੰ ਮਾੜੀ ਸ਼ਾਂਤੀ ਹੋਈ ਹਨਾ ਮਾੜੀ ਠੰਡ ਹੋਈ ਹਾਂ ਹਾਂ ਲੈ ਪਾਣੀ ਪੀ ਲਈਏ ਯਾਰ ਅੱਜ ਨਵੇਂ ਰਾਹ ਤੇ ਆਏ ਨਵਾਂ ਰਾਹ ਲੱਭਿਆ ਬਹੁਤ ਖਬਰ ਬੰਦੇ ਨਾਲ ਹੀ ਨਹੀਂ ਮਿਲਣਦੇ ਬਹੁਤ ਅੱਗੇ ਆ ਆਹ ਇੱਕ ਵੀਰ ਆਪਣੇ ਨਾਲ ਪਿੱਛੇ ਪਿੱਛੇ ਸਾਥ ਦਿਓ ਕੱਦੂ ਵਾਲਾ ਕੰਮ ਹੋਇਆ ਜਦੋਂ ਕੱਦੂ ਜੀ ਨਹੀਂ ਭਾਜੀ ਪਰ ਰੇਤਾਂ 'ਚ ਫਸਦੀ ਨਹੀਂ ਨਾ ਗੱਡੀ ਹੈ ਨਾ ਭਾਜੀ ਮੋਸ਼ਨ ਤੋੜ ਤੋਂ ਫਸ ਗਿਆ
ਲੋਕੇਸ਼ਨ ਬਹੁਤ ਖਰੀ ਹੋਣੀ ਤਾਂ ਵੀਡੀਓ ਬਹੁਤ ਵਧੀਆ ਬਣਦੀ ਹੈ। ਹਾਂ ਬਾਹਰ ਨੂੰ ਕਰਕੇ ਬੈਠੇ ਹਾਂ ਤੇ ਜਿੱਦਾਂ ਜਿੱਦਾਂ ਆਪਾਂ ਗਾਂ ਜਾਈਏ ਨਾ ਕਢਾਈ ਵੱਲ ਚੜੀ ਜਾਂਦੇ ਹਾਂ ਨਾ आ गए बंदे लभ ले मित्र औखे सौखे हो गए लभ लिया बंदे धुआं निकलता ओदा लोकेशन वधिया लभी इन्होंने है पिंड जे तो बार बार पानी ना सीधे इदा मारता ना चाके सीधे अंदर पिछले भी क्यों अभी बड़े औखे लंबे बस ही हो गई ਅਸੀਂ ਤਾਂ ਕਿਹਾ ਗਵਾਚ ਗਏ ਬੰਦੇ ਮੈਂ ਕਿਹਾ ਲੱਭੇ ਹੀ ਪੁੱਛ ਪੁੱਛ ਕੇ ਆਏ ਉਹ ਕਹਿੰਦੇ ਗਾਂ ਦੇ ਘਰਨੇ ਚੱਲਦੇ ਕਹਿੰਦੇ ਗਾਂ ਘਰਨੇ ਦੇ ਕੇ ਹੋਇਆ ਅਸੀਂ ਵੀ ਜਾਂਦੇ ਆਂ ਗਾਂ ਬੰਦਿਆਂ ਨਾਲ ਮਿਲਾਉਣਾ ਜਿਹੜੇ ਸਾਨੂੰ ਪਿੱਛੇ ਛੱਡ ਕੇ ਆ ਗਏ ਸੀਗੇ ਹਾਂਜੀ ਸਾਨੂੰ ਪੁੱਛਿਆ ਤੱਕ ਨਹੀਂ ਇਹਨਾਂ ਨੇ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਆਂ ਤੇਰੀ ਚੋਰੀ ਲੀਆਂ ਬਣਾਉਂਦੇ ਆਏ ਪਰ ਹਨਾ ਆ ਉਹ ਜੀਪ ਦੇ ਸਾਰੇ ਆ ਗਏ ਇੱਥੇ ਤਾਂ ਲਾਇਰ ਕੇ ਆਏ ਸੀ ਅਸੀਂ ਉਹ ਜੀਪ ਦੇ ਪੈਰਾਂ ਦਾ ਪਤਾ ਲੱਗ ਗਿਆ ਪਹੁੰਚ ਗਏ ਸੀ आजो इधर आजो चमचे दी कादी आ जर्मन तो आया उसरा नहीं कहना इनू काका ਗਰੇਲ ਰਖਾਈ ਦੀ ਭਾਜੀ ਬਸ ਕਰੋ ਕਿੰਨੀ ਕੁ ਤਿੱਖੀ ਕਰਨੀ कर देना सेट होने भाई।